ਪ੍ਰਾਊਡ ਮੀਡੀਆ ਪਾਰਟਨਰ ਦੇਸੀ ਟੀਵੀ ਯੂਐਸਏ ਤੇ ਪਾਕਿਸਤਾਨ ਕ੍ਰੋਨਿਕਲ ਲਿਆਏ ਨੇ ਪੰਜਾਬੀ ਫਿਲਮਾਂ ਦੇ ਚਾਹਣ ਵਾਲਿਆਂ ਵਾਸਤੇ ਵੱਡੀ ਖਬਰ। ਡਰਾਮਾ, ਕਾਮੇਡੀ, ਰੋਮਾਂਸ ਤੋਂ ਭਰਪੂਰ ਫਿਲਮ ਯਾਰ ਮੇਰਾ ਤਿਤਲੀਆਂ ਵਰਗਾ। ਇੱਕ ਏਦਾਂ ਦੇ ਸ਼ਖਸ ਦੀ ਕਹਾਣੀ ਜਿਹੜਾ ਆਪਣੀ ਜ਼ਿੰਦਗੀ ਦੇ 3 ਮਰਲਿਆਂ ਤੋਂ ਗੁਜ਼ਰ ਚੁੱਕਿਆ। ਮੁਹੱਬਤ, ਸ਼ਾਦੀ ਤੇ ਬੱਚੇ ਦੀ ਪੈਦਾਇਸ਼। ਬੱਚੇ ਦੀ ਪੈਦਾਇਸ਼ ਤੋਂ ਬਾਅਦ ਆਪਣੀ ਸ਼ਾਦੀ ਦੀ ਮੁਹੱਬਤ ਤਲਾਸ਼ ਕਰਨ ਦੀ ਹਰ ਨਾਕਾਮ ਕੋਸ਼ਿਸ਼ ਤੋਂ ਬਾਅਦ ਉਹ ਦੁਬਾਰਾ ਮੁਹੱਬਤ ਤਲਾਸ਼ ਕਰਨ ਵਾਸਤੇ ਆਪਣੀ ਜ਼ਿੰਦਗੀ ਦੇ 4th ਮਰਲੇ ਦੀ ਜਾਨਬ ਵਧਦਾ ਹੈ ਤੇ ਆਪਣੇ ਯਾਰ ਦੇ مشورے ਤੇ ਫੇਸਬੁੱਕ ਤੇ ਇੱਕ ਜਾਲੀ ਅਕਾਊਂਟ ਬਣਾਉਂਦਾ ਹੈ। ਬੀਵੀ ਨੂੰ ਸ਼ੋਰ ਦਾ ਬਦਲਦਾ ਰੰਗ ਵੇਖ ਸ਼ੱਕ ਹੋ ਜਾਂਦਾ ਹੈ ਤੇ ਉਹ ਵੀ ਆਪਣੀ ਸਹੇਲੀ ਦੇ مشورے ਤੇ ਇੱਕ ਫੇਸਬੁੱਕ ਅਕਾਊਂਟ ਬਣਾ ਲੈਂਦੀ ਹੈ ਤੇ ਇਸ ਤਰ੍ਹਾਂ ਦੋਵਾਂ ਦੀ ਆਪਸ ਵਿੱਚ ਗੱਲਬਾਤ ਸ਼ੁਰੂ ਹੋ ਜਾਂਦੀ ਹੈ। ਇਸ ਸਾਰੀ ਕਹਾਣੀ ਨੂੰ ਬੜੇ ਹੀ ਖੂਬਸੂਰਤ ਤੇ ਮਜ਼ਾਈਆ ਅੰਦਾਜ਼ 'ਚ ਬਿਆਨ ਕੀਤਾ ਗਿਆ ਹੈ। ਫਿਲਮ ਦੀ ਕਾਸਟ ਵਿੱਚ ਗਿੱਪੀ ਗਰੇਵਾਲ ਤੇ ਤਨੂ ਗਰੇਵਾਲ ਨੂੰ ਸ਼ਾਮਿਲ ਕੀਤਾ ਗਿਆ ਹੈ। ਦੇਖਣਾ ਨਾ ਭੁੱਲਿਓ 2 ਸਤੰਬਰ ਨੂੰ ਪੰਜਾਬੀ ਫਿਲਮ ਯਾਰ ਮੇਰਾ ਤਿਤਲੀਆਂ ਵਰਗਾ ਆਪਣੇ ਕਰੀਬੀ ਸਿਨੇਮਾ ਘਰਾਂ ਵਿੱਚ।